ਪੰਜਾਬੀ ਫਿਲਮ ਸੁੱਚਾ ਸੂਰਮਾ ਦੇ ਨਾਇਕ ਬੱਬੂ ਮਾਨ ਜੋ ਕਿ ਸੁੱਚਾ ਸੂਰਮਾ ਦੇ ਪਿੰਡ ਸਮਾਓ ਪਹੁੰਚੇ। ਦੱਸ ਦਈਏ ਕਿ ਇੱਥੇ ਸੁੱਚੇ ਦੀ ਸਮਾਧ 'ਤੇ ਪਹੁੰਚ ਕੇ ਉਹਨਾਂ ਦੇ ਵੱਲੋਂ ਸੱਚਦਾ ਕੀਤਾ ਗਿਆ, ਉਹ ਨਤਮਸਤਕ ਹੋਏ ਨੇ ਅਤੇ ਪਿੰਡ ਵਾਲਿਆਂ ਤੋਂ ਫਿਲਮ ਨੂੰ ਲੈ ਕੇ ਗੱਲਬਾਤ ਕੀਤੀ ਗਈ। ਦੱਸ ਦਈਏ ਕਿ ਸੁੱਚਾ ਸੂਰਮਾ ਮਾਨਸਾ ਜ਼ਿਲ੍ਹੇ ਦੇ ਪਿੰਡ ਸਮਾਓ ਦਾ ਰਹਿਣ ਵਾਲਾ ਸੀ, ਜਿਸ ਦੀ ਕਹਾਣੀ 'ਤੇ ਅਨੇਕਾਂ ਗੀਤ ਵੀ ਬਣੇ ਅਤੇ ਹੁਣ ਫਿਲਮ ਵੀ ਬਣੀ ਹੈ। ਬੱਬੂ ਮਾਨ ਜਿਨ੍ਹਾਂ ਨੇ ਸੁੱਚਾ ਸੂਰਮਾ ਦਾ ਰੋਲ ਨਿਭਾਇਆ ਤਾਂ ਇਸੇ ਦੇ ਚੱਲਦਿਆਂ ਉਹਨਾਂ ਪਿੰਡ ਵਾਲਿਆਂ ਨੂੰ ਵੀ ਅਪੀਲ ਕੀਤੀ ਸੀ ਕਿ ਪਿੰਡ ਵਾਲੇ ਇਸ ਫਿਲਮ ਨੂੰ ਜ਼ਰੂਰ ਵੇਖਣ, ਅਤੇ ਉੱਥੇ ਹੀ ਦੱਸ ਦਈਏ ਕਿ ਸੁੱਚਾ ਸੂਰਮਾ ਦੀ ਸਮਾਧ 'ਤੇ ਵੀ ਉਹ ਜ਼ਰੂਰ ਆਏ ਨੇ, ਕਿਉਂਕਿ ਪਿੰਡ ਵਾਲਿਆਂ ਨੇ ਅਪੀਲ ਕੀਤੀ ਸੀ ਕਿ ਬੱਬੂ ਮਾਂ ਨੇ ਇੱਕ ਵਾਰ ਉਹਨਾਂ ਦੇ ਪਿੰਡ ਵੀ ਜ਼ਰੂਰ ਆਉਣ। ਅਤੇ ਸੁੱਚਾ ਸੂਰਮਾ ਦੇ ਪਰਿਵਾਰ ਵੀ ਇਸੇ ਪਿੰਡ ਦੇ ਵਿੱਚ ਰਹਿੰਦੇ ਨੇ। ਦੱਸ ਦਈਏ ਕਿ ਉੱਥੇ ਹੀ ਸੁੱਚਾ ਸੂਰਮਾ ਦੀ ਸਮਾਧ ਬਣੀ ਹੋਈ ਹੈ। ਇੱਥੇ ਦੱਸ ਦਈਏ ਕਿ ਸੁੱਚਾ ਸੂਰਮਾ ਲੋਕ ਨਾਇਕ ਸਨ, ਅਤੇ ਉਹਨਾਂ ਜਿੱਥੇ ਬੁੱਚੜਾਂ ਦੀ ਬਹੁਤ ਸਾਰੀ ਜਿਹੜੀ ਮਦਦ ਵੀ ਕੀਤੀ, ਅਤੇ ਸਮਾਜ ਦੇ ਵਿੱਚ ਜਿਹੜੇ ਦੱਬੇ ਕੁਚਲੇ ਲੋਕ ਸਨ ਉਹਨਾਂ ਦੀ ਆਵਾਜ਼ ਬਣੇ, ਅਤੇ ਅਖੀਰ ਅੰਗਰੇਜ਼ ਸਰਕਾਰ ਨੇ ਉਹਨਾਂ ਨੂੰ ਫਾਂਸੀ 'ਤੇ ਚੜਾ ਦਿੱਤਾ ਸੀ। ਪਹਿਲੀ ਵਾਰੀ ਸ਼ੁਰੂ ਕਰੀਆਂ ਸੀ ਫਿਲਮਾਂ, ਉਦੋਂ ਹਵਾਏ ਬਣਾਈ ਸੀ, ਉਹਦੀ ਪੱਲਿਓਂ ਬਣਾਈ ਸੀ। ਇਹ ਤਾਂ ਅਸੀਂ 4-5 ਸਾਲ ਲਈ ਸ਼ੋਆਂ 'ਚ ਲੱਗੇ ਰਹੇ, ਫਿਲਮ ਵਾਲੇ ਪਾਸਿਓਂ ਕਿਨਾਰਾ ਕਰਿਆ ਹੋਇਆ ਸੀ, ਪਰ ਜਦੋਂ ਇਹ ਲੱਗਿਆ ਕਿ ਨਹੀਂ ਫਿਲਮ ਬਣ ਰਹੀ ਕੋਈ ਜਿਹੜੀ ਸਿਨੇਮੇ ਨੂੰ ਚਾਹੀਦੀ ਹੈ, ਜਿਹੜੀ ਪੰਜਾਬੀਆਂ ਨੂੰ ਚਾਹੀਦੀ ਹੈ, ਫਿਰ ਅਸੀਂ ਇੱਧਰ ਘੁਰਦੇ ਹਾਂ, ਬੈਨਰ ਆਵੇ ਨਾ ਆਵੇ ਅਸੀਂ ਬਣਾਉਂਦੇ ਰਹਾਂਗੇ। ਇੰਨਾ ਕੁ ਅਸੀਂ ਕੰਮ ਕਰ ਲੈਂਦੇ ਹਾਂ, 2-3 ਸਾਲ ਲਾ ਕੇ 7 ਲਾ ਕੇ ਫਿਲਮ ਤਾਂ ਬਣਾ ਹੀ ਲਵਾਂਗੇ, ਔਰ ਬਣਾਵਾਂਗੇ ਇੰਨਾ ਹੀ ਜਿਹੜੀ ਖੜਕੇ ਹੈ ਲਾਟ ਮੰਮੂ। ਹਾਂਜੀ ਸਰ, ਮੈਂ ਵੀ ਤੁਹਾਡਾ ਫੈਨ ਆਈ ਔਰ ਸਾਰੇ ਫੈਨ ਨੇ ਜਿਹੜੇ, ਇੱਕ ਗੱਲ ਦੀ ਹੋਰ ਜਿਹੜਾ ਪੂਰਾ ਵੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਨੇ ਜਿਹੜੀ ਹਸ਼ਰ 2 ਹੈ, ਆ ਨਹੀਂ ਸਕਦੀ ਨਾ, ਨਹੀਂ ਜੀ ਇਹ ਤਾਂ 20 ਤਰੀਕ ਆ ਜਾਣੀ ਆ, ਉਸ ਤੋਂ ਬਾਅਦ ਜਿਹੜੀ ਹਸ਼ਰ 2 ਆ ਉਹ ਕਦੋਂ ਦਾ ਇਰਾਦਾ ਜੀ? ਅਸੀਂ ਜਿਹੜੀਆਂ ਭਵਿੱਖ 'ਚ ਫਿਲਮਾਂ ਬਣਾਉਣੀਆਂ ਉਹ ਸੰਘਰਸ਼ੀਆਂ ਦੀਆਂ ਵੀ ਹੋਣਗੀਆਂ, ਖੜਕੋਆਂ ਦੀਆਂ ਵੀ ਹੋਣਗੀਆਂ, ਉਹ ਹਸ਼ਰ ਵੀ ਬਣਾ ਲਾਂਗੇ, ਸ਼ਾਇਦ ਉਹਦੀ ਕਹਾਣੀ ਕੋਈ 84 ਨਾਲ ਜੁੜੀ ਹੋਵੇ। ਅੱਛਾ ਜੀ, ਬਣਾਵਾਂਗੇ। ਠੀਕ ਹੈ ਜੀ, ਪਹਿਲਾਂ ਤੁਸੀਂ ਇਗਨੋਰ ਕਰਤਾ ਸੀ, ਉਹ ਕਹਿੰਦੇ ਹਸ਼ਰ 2 ਬਣਾਉਣੀ ਆ, ਤੁਸੀਂ ਸੀ ਨਹੀਂ ਯਾਰ ਮੈਂ ਤਾਂ ਇੱਕ ਮੈਂ ਉਹ ਬਣਾਉਂਗਾ ਜਿਹੜੇ ਪਾਣੀ ਦੀ ਮੈਂ 15 ਸਾਲ ਪਹਿਲਾਂ ਗੱਲ ਕਰੀ ਸੀ, ਅੱਜ ਤੁਹਾਨੂੰ ਲੱਗ ਰਿਹਾ ਨਾ ਪਤਾ ਵੀ ਧਰਤੀ ਚੋਂ ਪਾਣੀ ਮੁੱਕੀ ਜਾਂਦਾ ਆਪਣਾ ਪੀਣ ਵਾਲਾ, ਹੈਨਾ? ਸੋ ਅਸੀਂ ਅਵੇਅਰ ਕਰਦੇ ਹਾਂ ਤੁਹਾਨੂੰ, ਜਿਹੜਾ ਸਟੂਡੀਓਸ ਬੰਦਾ ਹੁੰਦਾ ਹਮੇਸ਼ਾ ਅਵੇਅਰ ਕਰਦਾ ਵੀ ਭਾਈ ਉੱਠੋ ਉੱਠੋ। ਹੁਣ ਵੀ ਮੈਂ ਅਵੇਅਰ ਕਰਦਾ ਵੀ ਜਿਹਦੇ ਕੋਲ 2 ਕਿੱਲੇ ਵੀ ਆ ਵੇਚੋ ਨਾ, ਆਪਦੀ ਕੰਮ ਆਉਣੀਆਂ ਹੈ, ਇਹ ਸੋਨਾ ਹੈ ਤੁਹਾਡੇ ਕੋਲ, ਬਿਲਕੁਲ ਜੀ ਬਿਲਕੁਲ, ਹੈ ਨਾ? ਪੈਸਾ ਹੋਵੇ ਨਾ ਹੋਵੇ ਜਮਾਂ ਬੀਬੀ ਦੀਆਂ ਵਾਲੀਆਂ ਨਹੀਂ ਵੇਚਣੀਆਂ, ਸੋਨੇ ਔਰ ਜ਼ਮੀਨ ਨੇ ਵੱਜਣਾ ਤੁਹਾਡੇ ਕੋਲ, ਬਾਕੀ ਕੁਛ ਨਹੀਂ ਰਹਿਣਾ, ਇਹ ਕਾਗਜ਼ੀ ਕਰਾਂਸੀ ਫੇਲ ਹੋ ਜਾਣੀ ਸਾਲ ਦੋ ਸਾਲ। ਬਹੁਤ ਬਹੁਤ ਧੰਨਵਾਦ ਜੀ। ਹਰ ਪਿੰਡ ਦੇ ਮੁੰਡੇ ਨੇ ਦੇਖਾ, ਜੇ ਤਾਂ ਕਿਤੇ ਬਾਹਰ ਨੌਕਰੀ ਕਰਦਾ ਫਿਰ ਉਹ ਵੀ ਕੁਝ ਬਣਦਾ, ਜੇ ਪਿੰਡ 'ਚ ਰਹਿੰਦਾ ਜਿਹੜੀ ਵੀ ਉਮਰ ਦਾ, ਸ਼ਾਮ ਨੂੰ 7 ਵਜੇ ਬੈਠੋ ਆ ਟੈਲੀਫੋਨ 'ਚੋਂ ਨਿਕਲੋ, ਇਹ ਤੁਹਾਨੂੰ ਗੁਮਰਾਹ ਕਰਕੇ ਮੈਂਟਲ ਬਣਾਊਗਾ, ਇਹਨੂੰ ਦੇਖੋ ਸਵੇਰੇ ਦੇਖ ਲਓ 15 ਮਿੰਟ, ਗੁਰੂ ਘਰੇ ਟਾਈਮ ਨਾਲ ਜਾਓ, ਬਰਹਿਰਾ ਸਾਹਿਬ ਜਦੋਂ ਜਾ ਕਰਦਾ ਬਾਬਾ ਜੀ ਤਾਂ ਬੈਠਿਆ ਕਰੋ, ਉੱਥੇ 7 ਬਜ਼ੁਰਗਾਂ ਨਾਲ ਬੈਠਿਆ ਕਰੋ, ਜੇ ਤੁਸੀਂ ਅੱਜ ਆਪਣੇ ਬਜ਼ੁਰਗਾਂ ਕੋਲ ਨਹੀਂ ਬੈਠੋਗੇ ਕੱਲ੍ਹ ਨੂੰ ਤੁਹਾਡੇ ਵਾਲਿਆਂ ਨੇ ਵੀ ਨਹੀਂ ਤੁਹਾਡੇ ਕੋਲ ਬੈਠਣਾ ਜੀ, ਬਿਲਕੁਲ। ਇਸ ਕਰਕੇ ਸਭ ਤੋਂ ਜ਼ਰੂਰੀ ਹੁੰਦਾ ਹੈ ਬੱਚਾ ਸਾਂਭਣਾ ਸੌਖਾ ਹੈ, ਬਜ਼ੁਰਗ ਸਾਹਮਣੇ ਔਖੇ, ਆਪਣੇ ਬਜ਼ੁਰਗਾਂ ਨੂੰ ਸਾਂਭੋ, ਔਰ ਜੇ ਫਿਰ ਵੀ ਵਕਤ ਮਿਲਦਾ ਹੈ ਸ਼ਾਮ ਨੂੰ ਗਰਾਊਂਡ ਬਣਾ ਕੇ ਤੁਹਾਡੀ ਜ਼ਰੂਰੀ ਹੈ।